ਮਨੀਸ਼ ਚੌਹਾਨ। ਇਸ ਵੇਲੇ ਅਸੀਂ ਬਾਦਲ ਪਿੰਡ ਵਿੱਚ ਮੌਜੂਦ ਹਾਂ ਤਾਂ ਅੱਜ ਜਿਹੜਾ ਕਿ 10 ਮਾਰਚ ਹੈ ਅਤੇ ਅੱਜ ਪ੍ਰਕਾਸ਼ ਸਿੰਘ ਬਾਦਲ ਜਿਹੜੀ ਕਿ ਉਹਨਾਂ ਦਾ ਬਰਸੀ ਜਿਹੜੀ ਕਿ ਪਹਿਲੀ ਮਨਾਈ ਪ੍ਰੋਗਰਾਮ ਸਮਾਗਮ ਮਨਾਇਆ ਜਾ ਰਿਹਾ ਤਾਂ ਅੱਜ ਉੱਥੇ ਬਾਦਲ ਪਿੰਡ ਵਿੱਚ ਮੌਜੂਦ ਹਾਂ ਤਾਂ ਦੇਖ ਸਕਦੇ ਹੋ ਇਹ ਤਿਆਰੀਆਂ ਕਰ ਰਹੇ ਨੇ ਅਤੇ ਅੱਜ ਕਿਹਾ ਜਾ ਰਿਹਾ ਕਿ ਵੱਡੇ ਤੋਂ ਵੱਡੇ ਲੀਡਰ ਜਿਹੜੇ ਕਿ ਅਦਰ ਸਟੇਟ ਤੋਂ ਅਤੇ ਕੇਂਦਰ ਤੋਂ ਆਉਣਗੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਅਤੇ ਦੂਜੇ ਪਾਸੇ ਤੁਹਾਨੂੰ ਮੈਂ ਦਿਖਾ ਰਿਹਾ ਇਹ ਪੰਡਾਲ ਜਿਹੜਾ ਹੈ ਇੱਥੇ ਪਹਿਲੀ ਬਰਸੀ ਦਾ ਜਿਹੜਾ ਕਿ ਸਮਾਗਮ ਜਿਹੜਾ ਕਿ ਇੱਥੇ ਮਨਾਇਆ ਜਾਏਗਾ। ਸਾਹਿਬ ਦੀ ਸ਼ਖਸੀਅਤ ਬਾਰੇ ਸਾਰੇ ਅਲਫਾਜ਼ ਹੀ ਮੈਂ ਸਮਝਦਾ ਛੋਟੇ ਪੈਣਗੇ, ਜਿੰਨੀ ਪਾਰਟੀਆਂ ਦੇ ਨੁਮਾਇੰਦੇ ਜਿੰਨੇ ਸਤਿਕਾਰ ਨਾਲ ਛੋਟੀ ਤੋਂ ਵੱਡੀ ਉਮਰ ਵਾਲੇ ਸਾਰੇ ਆਏ ਆ, ਕਿਸਾਨ, ਖੇਤ ਮਜ਼ਦੂਰ, ਦੁਕਾਨਦਾਰ, ਵਪਾਰੀ, ਪੰਜਾਬ ਦੇ ਨਾਲ ਪੰਜਾਬ ਦੀ ਧਰਤੀ ਨਾਲ ਪਿਆਰ ਕਰਨ ਵਾਲੇ ਅੱਜ ਸਾਰੇ ਇੱਥੇ ਆਏ ਆ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ। ਮੈਂ ਸਭ ਨੂੰ ਜੀ ਆਇਆਂ ਨੂੰ ਕਹਿੰਦਾ, ਉਹਨਾਂ ਦਾ ਧੰਨਵਾਦ ਕਰਦਾ। ਔਰ ਮੈਂ ਸਮਝਦਾ ਕਿ ਬਾਦਲ ਸਾਹਿਬ ਏਡੀ ਯੂਨੀਫਾਈਂਗ ਫਿਗਰ ਸਨ ਕਿ ਕਿਵੇਂ ਲੋਕਾਂ ਦਾ ਸਤਿਕਾਰ ਕਰਨਾ, ਕਿਵੇਂ ਹਰੇਕ ਦੇ ਦਰਦ ਨੂੰ ਆਪਣਾ ਦਰਦ ਮਹਿਸੂਸ ਕਰਦੇ ਸਨ ਔਰ ਪੰਜਾਬ ਦੀ ਜਦੋਂ ਕੰਮ ਸਾਂਭਦੇ ਸਨ ਇਹ ਸਮਝ ਕੇ ਸਾਂਭਦੇ ਸਨ ਕਿ ਜਿਹੜਾ ਅਖੀਰਲਾ ਪੰਜਾਬੀ ਖਲੋਤਾ ਉਹਦੀ ਕੀ ਮੁਸ਼ਕਿਲ ਹੈ, ਮੈਂ ਉਹਦੀ ਹੱਲ ਕਰਾਂ। ਜਿੰਨੀ ਵੀ ਲੋਕ ਪੱਖੀ ਸਕੀਮਾਂ ਨੇ, ਕਿਸਾਨਾਂ ਦੇ ਹੱਕ ਦੀਆਂ, ਗਰੀਬਾਂ ਦੇ ਹੱਕ ਦੀਆਂ, ਧੀਆਂ ਭੈਣਾਂ ਦੇ ਹੱਕ ਦੀਆਂ, ਜਿੰਨੀ ਵੀ ਲੋਕ ਪੱਖੀ ਜਿਹੜੀਆਂ ਸਕੀਮਾਂ ਨੇ ਉਹ ਸ਼ੁਰੂਆਤ ਜਿਹੜੀ ਅੱਜ ਵੀ ਚੱਲ ਰਹੀਆਂ ਨੇ, ਉਹਦੀ ਰਕਮਾਂ ਵਧਾਤੀਆਂ ਗਈਆਂ, ਸੁਭਾਵਿਕ ਹੈ ਮਹਿੰਗਾਈ ਦੇ ਹਿਸਾਬ ਨਾਲ ਉਹ ਵੱਧ ਰਹੀਆਂ ਸਨ, ਮਗਰ ਉਹ ਸਾਰੀ ਸਕੀਮਾਂ ਏਡੀਆਂ ਲੋਕ ਪੱਖੀਆਂ ਸਨ ਕਿ ਸਾਰੀਆਂ ਅੱਜ ਵੀ ਚੱਲਦੀਆਂ, ਕੋਈ ਇੱਕ ਬੰਦ ਨਹੀਂ ਕੀਤੀ ਗਈ। ਸੋ ਇਹ ਬਾਦਲ ਸਾਹਿਬ ਦੀ ਖੂਬਸੂਰਤੀ ਸੀ ਕਿ ਜਿਹੜੀ ਗੱਲ ਲੋਕ ਅੱਜ ਸਮਝ ਰਹੇ ਆ ਉਹਨਾਂ ਨੇ ਅੱਜ ਤੋਂ 30-40 ਸਾਲ ਪਹਿਲਾਂ ਉਸ ਦਰਦ ਨੂੰ ਸਮਝਿਆ ਔਰ ਦੇਸ਼ 'ਚ ਜਿੰਨੀਆਂ ਵੀ ਲੋਕਾਂ ਦੇ ਹੱਕ ਦੀਆਂ, ਗਰੀਬ ਲੋੜਵੰਦਾਂ ਦੇ ਹੱਕ ਦੀਆਂ ਸਕੀਮਾਂ ਨੇ ਉਹ ਜੇ ਅੱਜ ਦੇਸ਼ 'ਚ ਚੱਲੀਆਂ ਤੇ ਉਹ ਮੋਹਰ ਕਿਤੇ ਨਾ ਕਿਤੇ ਬੰਦ ਸਕਦੇ। ਇਸ ਲਈ ਆਦਮੀ ਸਾਹਿਬ ਦਾ, ਸਾਰੀ ਪਾਰਟੀਆਂ ਆਈਆਂ, ਉਹਨਾਂ ਨੂੰ ਸਤਿਕਾਰ ਦਿੱਤਾ, ਬਹੁਤ ਬਹੁਤ ਸਭ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਦੇਖੋ ਅੱਜ ਦੇ ਦਿਨ ਜਿੱਥੇ ਆਪਾਂ ਬਾਦਲ ਸਾਹਿਬ ਨੂੰ ਯਾਦ ਕਰ ਰਹੇ ਹਾਂ ਤੇ ਕਾਹਨੂੰ ਮਾੜੇ ਬੰਦਿਆਂ ਨੂੰ ਨਾਲ ਉਸ ਦਿਨ 'ਚ ਜੋੜੀਏ, ਛੱਡੋ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ, ਆਪਣਾ ਆਪਣਾ ਦਾਇਰਾ ਹੁੰਦਾ ਹੈ। ਬਾਦਲ ਸਾਹਿਬ ਦੀ ਜਿਹੜੀ ਫਰਾਖ ਦਿਲੀ ਸੀ, ਜਿਹੜੀ ਹਲੀਮੀ ਸੀ, ਉਹ ਹਰੇਕ 'ਚ ਤਾਂ ਨਹੀਂ ਹੋ ਸਕਦੀ, ਜੋ ਕਿਸੇ ਦਾ ਦਾਅ ਲੱਗ ਜਾਂਦਾ ਮੁੱਖ ਮੰਤਰੀ ਬਣ ਜਾਂਦਾ ਹੈ, ਲੇਕਿਨ 5 ਵਾਰੀ ਮੁੱਖ ਮੰਤਰੀ ਤਾਂ ਬਾਦਲ ਸਾਹਿਬ ਬਣੇ ਨਾ, ਜਿਹੜੇ ਹੁਣ ਬਣੇ ਨੇ ਉਹ ਦੂਜੀ ਵਾਰੀ ਬਣ ਕੇ ਦਿਖਾ ਦੇਣ। ਤੁਸੀਂ ਹਰ ਕੰਮ ਪੁੱਛ ਕੇ ਕਰਦੇ ਜੀਵਨ ਨੂੰ ਪਤਾ ਲੱਗਿਆ ਜਿਵੇਂ ਬਹੁਤ ਜ਼ਿਆਦਾ ਹਰ ਪਲ ਯਾਦ ਆਉਂਦੇ ਨੇ, ਜਿੰਨਾ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਉਹਨਾਂ ਨੂੰ ਦੇਖ ਕੇ ਹੀ ਸਿੱਖਿਆ। ਪੁੱਛ ਕੇ ਤਾਂ ਅੜਦਾ ਸੀ, ਲੇਕਿਨ ਜਿਸ ਤਰੀਕੇ ਦੇ ਨਾਲ ਉਹ ਵਿਚਰ ਰਹੇ ਸੀ, 2009 'ਚ ਜਦ ਪਹਿਲੀ ਵਾਰੀ ਮੈਂ MP ਬਣੀ ਤਾਂ ਘਰ 'ਚ ਰਹਿ ਕੇ ਚੁੱਲ੍ਹਾ ਚੌਥਾ ਬੱਚਿਆਂ ਨੂੰ ਆਹੀ ਮੇਰਾ ਕੰਮ ਹੁੰਦਾ ਸੀ, ਤੇ ਇਸ ਲਾਈਨ 'ਚ ਆ ਕੇ ਲੋਕਾਂ ਦੇ ਵਿੱਚ ਵਿਚਰਨਾ, ਕਿਵੇਂ ਕੰਮ ਕਰਨਾ ਹੈ, ਉਹ ਸਾਰਾ ਕੁਛ ਉਂਗਲ ਫੜ ਕੇ ਬਾਦਲ ਸਾਹਿਬ ਨੂੰ ਦੇਖ ਦੇਖ ਕੇ ਸਿੱਖਣ ਨੂੰ ਮਿਲਿਆ। ਤੇ ਪਰਮਾਤਮਾ ਦੇ ਚਰਨਾਂ 'ਚ ਆਹੀ ਅਰਦਾਸ ਕਰਦੀ ਹਾਂ ਕਿ ਜਿੰਨੇ ਚੰਗੇ ਗੁਣ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ੇ ਸੀਗੇ, ਉਹਦਾ ਕਿਨਕਾ ਵੀ ਜੇ ਸੁਖਬੀਰ ਜੀ ਤਾਂ ਮੇਰੀ ਝੋਲੀ 'ਚ ਪਾ ਦੇਣ, ਉਹ ਸੇਵਾ ਦੇ ਲਾਇਕ ਸਾਨੂੰ ਬਣਾ ਦੇਣ ਤੇ ਅਸੀਂ ਆਪਣੇ ਵੱਡੇ ਭਾਰ ਸਕਦੇ ਸੀਗੇ। ਇਸ ਵਾਰ ਬਹੁਤ ਵੱਡੀ ਕਵੀ ਮਹਿਸੂਸ ਕਰੋਗੇ? ਹਾਂਜੀ, ਬਹੁਤ ਵੱਡੀ ਹੈ ਤਾਂ ਇਹ ਤਾਂ ਬਿਲਕੁਲ ਸਹੀ ਗੱਲ ਹੈ ਕਿ ਉਹਨਾਂ ਦੀ ਘਾਟ ਸਾਡੇ ਪਰਿਵਾਰ ਵਾਸਤੇ ਤਾਂ ਕਦੇ ਨਾ ਪੂਰੀ ਹੋਣ ਵਾਲੀ ਹੈ, ਲੇਕਿਨ ਇਹਨਾਂ ਜ਼ਰੂਰ ਵਿਸ਼ਵਾਸ ਹੈ ਕਿ ਜਿੱਥੇ ਵੀ ਹੈਗੇ ਜ਼ਰੂਰ ਆਪਣਾ ਆਸ਼ੀਰਵਾਦ ਦੇਣਗੇ। ਅੱਜ ਵੀ ਆਹੀ ਅਰਦਾਸ ਕੀਤੀ ਸੀ ਕਿ ਜਿੱਥੇ ਵੀ ਨੇ ਇੱਕ ਗਾਈਡ ਦੀ ਤਰ੍ਹਾਂ ਸਾਨੂੰ ਬੱਚਿਆਂ ਨੂੰ ਅੱਗੇ ਵੀ ਗਾਈਡ ਕਰਦੇ ਨੇ ਜੋ ਪਹਿਲੇ ਸਮਝ ਗਏ। ਹਰ ਕੋਈ ਆਪਣਾ ਤਜਰਬਾ ਸਾਂਝਾ ਕਰ ਰਿਹਾ ਕਿ ਤੁਸੀਂ ਸਿੱਖਣ ਤੋਂ ਮਿਲਿਆ, ਤੁਸੀਂ ਸਭ ਤੋਂ ਅਹਿਮ ਗੱਲ ਕਿਹੜੀ ਮੰਨਦੇ ਜਿਹੜੀ ਗੱਲ? ਉਹਨਾਂ ਦੀ ਹਲੀਮੀ ਜਿਹਨੇ ਹਰੇਕ ਦੇ ਦਿਲ ਨੂੰ ਛੂਆ, ਜੋ ਉਹਨਾਂ ਦੇ ਨੇੜੇ ਆਇਆ ਉਹਦਾ ਜਿੱਤ ਦਿਲ ਜਿੱਤ ਕੇ ਗੁਰੂ ਬਾਦਲ ਸਾਹਿਬ ਨੇ ਭੇਜਿਆ ਆਪਣੀ ਨਮਰਤਾਈ ਰਹਿਣਾ, ਤੇ ਇਹ ਸਿਆਸਤ ਵਿੱਚ ਅੱਜ ਸਭ ਤੋਂ ਵੱਡੀ ਲੋੜ ਇਹ ਹੈ। ਕਦੇ ਝੂਠ ਨਹੀਂ ਬੋਲਣਾ, ਪਾਰਟੀ ਪ੍ਰਤੀ ਵਫਾਦਾਰੀ, 70 ਸਾਲ ਇੱਕ ਪਾਰਟੀ 'ਚ ਕੱਟਣਾ ਅੱਜ ਤੋਂ ਮਜ਼ਾਕ ਜਿਹਾ ਲੱਗਦਾ ਹੈਗਾ, ਤੇ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਹੁਣ ਅੱਜ ਕੱਲ੍ਹ ਕਿੱਥੇ ਸੀ ਤਾਂ ਅੱਜ ਕਿੱਥੇ ਹੈ, ਤੇ ਉਹ ਦਾਦੇ ਕਿੱਥੇ ਸੀ ਤਾਂ ਆਪ ਕਿੱਥੇ ਨੇ। ਤੇ ਮੇਰੇ ਵਾਸਤੇ ਸਭ ਤੋਂ ਵੱਡੀ ਪ੍ਰੇਰਨਾ ਦਾ ਸਰੋਤ ਆਹੀ ਹੈ ਕਿ ਪਾਰਟੀ ਦੇ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ, ਲੇਕਿਨ ਜਿਵੇਂ ਬਾਦਲ ਸਾਹਿਬ ਕਹਿੰਦੇ ਪਾਰਟੀ ਮਾਂ ਹੁੰਦੀ ਹੈ, ਮਾਂ ਨੂੰ ਕੋਈ ਬੱਚਾ ਛੱਡਦਾ ਨਹੀਂ। ਸੋ ਇਹੋ ਜਿਹੀ ਵਫਾਦਾਰੀ,
ਇਹੋ ਜਿਹੀ ਸੂਬੇ ਪ੍ਰਤੀ ਸਮਰਪਿਤ ਹੋ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਤਨਦੇਹੀ ਦੇ ਨਾਲ ਸ਼ਰਧਾਂਜਲੀ ਜਿਹੜੀ ਆ ਉਹ ਵੀ ਭੇਟ ਕਰਨਗੇ ਤੇ ਅੱਜ ਦਾ ਜਿਹੜਾ 10 ਤਰੀਕ ਸੀਗਾ ਉਹ ਪਹਿਲੀ ਵਰਸੀ ਮਨਾਈ ਜਾ ਰਹੀ ਹੈ। ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ। ਹੁਣ ਤੋਂ ਮੈਨੂੰ ਇਜਾਜ਼ਤ, ਮੈਂ ਮਨੀਸ਼ ਚੌਹਾਨ।